ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੋ ਅਖੌਤੀ ਜਰਨੈਲਾਂ 'ਤੇ ਗੱਲ ਕਰਨੀ ਹੈ। ਉਹ ਕਿਹੜੇ ਕਿਹੜੇ ਅਖੌਤੀ ਜਰਨੈਲ ਨੇ, ਧਿਆਨ ਦੇ ਨਾਲ ਸੁਣਿਓ। ਲੱਖੇ ਦੀਆਂ ਭੇਡਾਂ ਅਤੇ ਭਾਨੇ ਸਿੱਧੂ ਦੀਆਂ ਭੇਡਾਂ ਅਤੇ ਸਿਮਰਜੀਤ ਮਾਨ ਦੀਆਂ ਭੇਡਾਂ ਦੂਰ ਹੀ ਰਹੋ, ਕਿਉਂਕਿ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਨਾ, ਤੁਸੀਂ ਸੁਣ ਕੇ ਚੀਕਾਂ ਬਹੁਤ ਮਾਰਦੇ ਹੋ ਅਤੇ ਪਹਿਲਾਂ ਵੀ ਮਾਰਦੇ ਰਹੇ ਹੋ, ਹੁਣ ਜ਼ਿਆਦਾ ਮਾਰੋਗੇ। ਲੱਖੇ ਸਿਧਾਣੇ ਦੇ ਜਿਹੜੇ ਚਮਚੇ ਸੀ, ਉਂਗਲਾਂ 'ਤੇ ਗਿਣ ਲਓ। ਰਫਤਾਰ ਰਾਏ, ਉਹ ਤਾਂ ਚਮਚੀ ਹੈ ਛੋਟੀ ਜੀ, ਕਿਉਂਕਿ ਉਹਦੀ ਉਮਰ 20-22 ਸਾਲ ਦੀ ਹੈ। ਉਹਨੂੰ ਤਾਂ ਪੁਲਿਸ ਨੇ ਥਾਣੇ ਦੇ ਵਿੱਚ ਬਹਾ ਲਿਆ 5-7 ਘੰਟੇ। ਬਾਅਦ ਵਿੱਚ ਉਹਨੇ ਵੀਡੀਓ ਪਾਈ, ਕਹਿੰਦਾ ਮੈਂ ਬੋਲਣਾ ਸੀ ਲੱਖੇ ਬਾਈ ਦੇ ਹੱਕ ਵਿੱਚ, ਮੈਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ, ਮੈਂ ਚੌਂਕੀ 'ਚ ਪਤਾ ਨਹੀਂ ਥਾਣੇ 'ਚ ਬੈਠਾ ਰਿਹਾ। ਉਹਨੇ ਤਾਂ ਇਹ ਸ਼ੋਸ਼ਾ ਛੱਡਤਾ। ਅਤੇ ਬੁੱਢਾ ਬਾਪੂ ਸਿਮਰਜੀਤ ਮਾਨ ਪਹਿਲੀ ਮੀਡੀਆ ਨੂੰ ਫੋਨ ਫਾਨ ਕਰ ਚੁੱਕਾ ਸੀ ਕਿ ਮੈਨੂੰ ਵੀ ਪੁਲਿਸ ਨਜ਼ਰਬੰਦ ਕਰ ਸਕਦੀ ਹੈ ਜਾਂ ਕਰ ਲਿਆ, ਠੀਕ ਹੈ। ਅਤੇ ਰਾਜ ਖਾਲਸੇ ਨੇ ਭਾਈ ਦੌੜ ਮਾੜੀ ਮੂੜੀ ਕੀਤੀ, ਟਰੈਕਟਰ ਟਰੂਟਰ ਲੈ ਕੇ, ਅਤੇ ਉਹ ਵੀ ਵਿੱਚ ਹੀ ਰਹਿ ਗਿਆ। ਅਤੇ ਜਿਹੜਾ ਗਰਦਵਾਲਾ ਰੰਧਾਵਾ ਹੁੰਦਾ ਜਗਦੀਪ, ਉਹਨੇ ਵੀ ਥੋੜ੍ਹਾ ਬਹੁਤਾ ਕੋਸ਼ਿਸ਼ ਕੀਤੀ ਲੈਬ ਹੋ ਕੇ ਬੋਲਣ ਬੋਲਣ ਦੀ, ਕੋਈ ਗੱਲ ਬਣੀ ਨਾ। ਅਤੇ ਸੁੱਖ ਜਗਰਾਉਂ ਨੂੰ ਥੋੜ੍ਹੀ ਜਿਹੀ ਅਕਲ ਹੈਗੀ ਸੀ ਅਤੇ ਉਹ ਆਪਣੇ ਆਪ ਨੂੰ ਬਚਾ ਗਿਆ। ਉਹ ਵੀ ਘਰ ਬਹਿ ਕੇ ਵੀਡੀਓ ਪਾ ਤੇ ਕਹਿੰਦਾ ਮੈਨੂੰ ਵੀ ਪੁਲਿਸ ਨੇ ਨਜ਼ਰਬੰਦ ਕਰ ਲਿਆ। ਅੱਛਾ, ਇਹਦੇ ਵਿੱਚ ਨਾ ਮੈਂ ਇੱਕ ਹੋਰ ਗੱਲ ਕਰਨੀ ਹੈ। ਜਿਹੜੇ ਖੁਦ ਮੁਖਤਿਆਰ ਪੋਲੀਟੀਸ਼ੀਅਨ ਸੁਖਪਾਲ ਖਹਿਰਾ ਸਾਹਿਬ ਨੇ, ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਝੂਠ ਮਾਰਿਆ, ਪਰ ਉਹ ਝੂਠ ਫੜਿਆ ਗਿਆ। ਕਹਿੰਦਾ ਜੀ ਸਾਡੇ ਰਿਸ਼ਤੇਦਾਰੀ ਵਿੱਚ ਇੱਕ ਮਰਗ ਹੋ ਗਈ, ਉੱਥੇ ਭੋਗ 'ਤੇ ਜਾਣਾ, ਠੀਕ ਹੈ। ਬੜੀ ਨਿਮਰਤਾ ਜੀ ਨਾਲ ਬੇਨਤੀ ਕਰਤੀ, ਜਾਣੀ ਕਿ ਡਾਂਗ ਤੋਂ ਡਰ ਲੱਗਦਾ ਸੀ ਵੀ ਜੇ ਗਏ ਤਾਂ ਸ਼ਾਇਦ ਡਾਂਗ ਵਰ ਸਕਦੀ ਹੈ, ਠੀਕ ਹੈ ਜੀ। ਹੁਣ ਜਿਹੜੀ ਮੈਂ ਗੱਲ ਕਰਨੀ ਹੈ, ਧਿਆਨ ਦੇ ਨਾਲ ਸੁਣਿਓ। ਅਤੇ ਜਿਹਨੇ ਚੀਕਾਂ ਮਾਰਨੀਆਂ ਨੇ ਤਾਂ ਗਲਾ ਸਾਫ ਕਰ ਲਿਓ, ਕਿਉਂਕਿ ਭੇਡ ਦੀ ਅਤੇ ਬੱਕਰੀ ਦੀ ਆਵਾਜ਼ ਦਾ ਥੋੜ੍ਹਾ ਜਿਹਾ ਫਰਕ ਹੁੰਦਾ। ਲੱਖੇ ਸਿਧਾਣੇ ਨੇ ਜਦੋਂ ਪੱਤਰਕਾਰ ਸਵਾਲ ਕਰਦੇ ਨੇ, ਹਾਲਾਂਕਿ ਪੱਤਰਕਾਰ ਵੀ ਉਹਦੇ ਆਪਣੇ ਨੇ, ਹੋਰ ਤਾਂ ਕੋਈ ਹੈ ਨਹੀਂ, ਕਹਿੰਦੇ ਵੀ ਤੁਸੀਂ ਕਿੱਦਾਂ ਪਹੁੰਚ ਗਏ, ਤੁਹਾਨੂੰ ਪੁਲਿਸ ਨੇ ਕਿਵੇਂ ਨਹੀਂ ਨਜ਼ਰਬੰਦ ਕੀਤਾ, ਤੁਹਾਡੀ ਲੋਕੇਸ਼ਨ ਜਿਹੜੀ ਹੈ ਟਰੇਸ ਕਿਉਂ ਨਹੀਂ ਹੋਈ। ਅਤੇ ਉਹ ਵੀ ਬੜੀ ਇਮਾਨਦਾਰੀ ਨਾਲ ਇੱਕ ਸਮਾਜ ਸੇਵੀ ਹੋਣ ਦੇ ਨਾਂ 'ਤੇ ਜਿਹੜਾ ਮਖੌਟਾ ਪਾਇਆ ਹੋਇਆ ਉਹਦੇ ਮੁਤਾਬਕ ਬੋਲਦਾ। ਕਹਿੰਦਾ ਮੈਂ ਖਿਡਾਰੀ ਹਾਂ ਕਾਫੀ ਸਾਲਾਂ ਤੋਂ, ਮੈਨੂੰ ਕਹਿੰਦਾ ਪਤਾ ਸੀ ਜੀ ਪੁਲਿਸ ਮੈਨੂੰ ਘਰੇ ਨਜ਼ਰਬੰਦ ਕਰ ਸਕਦੀ ਹੈ। ਹੁਣ ਮੈਂ ਇੱਕ ਨਾ, ਜਦੋਂ ਤੁਸੀਂ ਕਹਿੰਦੇ ਦੀਵੇ ਦੇ ਪੈਰਾਂ 'ਚ ਹਨੇਰਾ ਹੁੰਦਾ, ਚਲੋ ਖੈਰ ਉਹ ਕਹਾਵਤ ਤਾਂ ਉਲਟ ਜਿਹੀ ਲੱਗਦੀ ਹੈ ਮੈਨੂੰ, ਪਰ ਮੈਂ ਦੇ ਦਿੰਦਾ। ਉਹਦੇ ਨਾਲ ਦੋ ਜਿਹੜੇ ਸਕਿਉਰਿਟੀ ਗਾਰਡ ਗਨਮੈਨ ਨੇ, ਉਹਨਾਂ ਦੇ ਤਾਂ ਫੋਨ ਚੱਲਦੇ ਹੋਣਗੇ,
ਜਾਂ ਪੁਲਿਸ ਨੇ ਉਹਨਾਂ ਨੂੰ ਤਾਂ ਫੋਨ ਕੀਤਾ ਹੀ ਹੋਣਾ ਵੀ ਲੱਖਾ ਕੜੰਮ ਚੌਧਰੀ ਸਮਾਜ ਸੇਵੀ ਕਿੱਥੇ ਜੇ ਫਿਰਦਾ ਘੁੰਮਦਾ। ਠੀਕ ਹੈ, ਚਲੋ ਕੋਈ ਗੱਲ ਨਹੀਂ, ਇਹ ਵੀ ਸਭ ਕੁਛ ਆ ਹੀ ਜਾਂਦਾ ਬਾਹਰ, ਇੱਧਰ ਆਪਾਂ ਕਾਹਨੂੰ ਜਾਣਾ। ਮੈਂ ਤਾਂ ਜਿਹੜੀਆਂ ਭੇਡਾਂ ਅਤੇ ਬੱਕਰੀਆਂ ਪਿੱਛੇ ਲੱਗੀਆਂ ਉਹਨਾਂ ਦੀਆਂ ਚੀਕਾਂ ਪਵਾਉਣੀਆਂ ਨੇ ਅੱਜ ਵੀ ਤੁਸੀਂ ਕਿਹਦੇ ਮਗਰ ਲੱਗੇ ਹੋਏ ਹੋ। ਅਤੇ ਨਾਲ ਹੀ ਉਹ ਕਹਿੰਦਾ, ਕਹਿੰਦਾ ਜ਼ਰੂਰੀ ਹੁੰਦਾ ਵੀ ਜਿਹੜਾ ਜਰਨੈਲ ਹੋਵੇ ਕਮਾਂਡਰ ਹੋਵੇ, ਜੇ ਉਹ ਹੀ ਘਿਰ ਗਿਆ ਤਾਂ ਫਿਰ ਪਿੱਛੇ ਤੁਰਨ ਵਾਲਿਆਂ ਨੇ ਯਕੀਨ ਨਹੀਂ ਕਰਨਾ ਹੁੰਦਾ। ਹੁਣ ਇਹ ਜਿਹੜਾ ਜਰਨੈਲ ਕਮਾਂਡਰ ਕਹਿਣ ਤੋਂ ਭਾਵ ਪਤਾ ਕੀ ਹੈ, ਸੰਗਰੂਰ ਸੀਟ 'ਤੇ ਇੱਕ ਹੋਰ ਜਰਨੈਲ ਹੈ ਜਿਹੜਾ ਬੁੱਢਾ ਹੋ ਗਿਆ, ਸਿਮਰਜੀਤ ਸਿੰਘ ਮਾਨ, ਜਾਣੀ ਕਿ ਉਹਨੂੰ ਜਰਨੈਲ ਹੁਣ ਨਾ ਕਿਹੋ, ਇਹ ਲੱਖੇ ਦਾ ਇਹ ਬਿਆਨ ਦੇਣ ਤੋਂ ਭਾਵ ਹੈ ਕਿ ਉਹ ਜਰਨੈਲ ਵਾਲੀ ਜਿਹੜੀ ਜਗ੍ਹਾ, ਜਿਹੜੀ ਪਦਵੀ, ਜਿਹੜਾ ਅਹੁਦਾ, ਉਹ ਲੱਖਾ ਚਾਹੁੰਦਾ ਕਿ ਮੈਨੂੰ ਮਿਲੇ। ਹੁਣ ਇਹ ਗੱਲ ਜਿਹੜੀ ਮੈਂ ਜਿੰਨੀ ਕੁ ਕਹੀ ਹੈ, ਇਹ ਕਿਸੇ ਤੋਂ ਸੁਣ ਕੇ ਨਹੀਂ ਜਾਂ ਕਿਸੇ ਦੇ ਕਹਿਣ ਮੁਤਾਬਕ ਨਹੀਂ, ਜਿੰਨਾ ਕੁ ਮੇਰਾ ਅੰਦਾਜ਼ਾ ਮੈਂ ਉਹ ਲਾਇਆ। ਇੱਕ ਗੱਲ ਇੱਥੇ ਹੋਰ ਐਡ ਕਰਨੀ ਹੈ, ਜਦੋਂ ਮੈਂ ਗੱਲ ਕਰਦਾ ਹੁੰਦਾ ਨਾ, ਜਿਹੜੀਆਂ ਭੇਡਾਂ ਹੁੰਦੀਆਂ ਨੇ, ਜਿਹੜੇ ਫੇਸਬੁੱਕ ਪੇਜ 'ਤੇ ਗਾਲਾਂ ਦੇਣ ਵਾਲੇ ਹੁੰਦੇ ਨੇ, ਉਹ ਪਤਾ ਕਹਿੰਦੇ ਨੇ ਲੈ ਆ ਗਿਆਨੀ ਜਾਂ ਹੋਰ ਹੀ ਭਕਾਈ ਮਾਰੀ ਜਾਂਦਾ, ਆ ਗਿਆਨੀ ਜਾਂ ਹੋਰ ਹੀ ਕਿੱਧਰ ਗੱਲ ਲੈ ਗਿਆ। ਠੀਕ ਹੈ, ਉਹਨਾਂ ਨੂੰ ਥੋੜ੍ਹੀ ਜਿਹੀ ਸੁਰਤ ਆ ਜੂਗੀ। ਜਿਹੜੀ ਮੈਂ ਇੱਕ ਗੱਲ ਹੋਰ ਕਹਿਣੀ ਹੈ, ਜਿਹੜਾ ਸਰਪੰਚ ਹੈ ਕੋਟ ਦੁਨੇ ਦਾ, ਠੀਕ ਹੈ ਨਾ, ਅਤੇ ਉਹਨੇ ਇਕੱਠ ਵਿੱਚ ਕਿਹਾ ਸੀ, ਕਹਿੰਦਾ ਜੱਟ ਨਹੀਂ ਦੱਬਦਾ, ਇਹ ਨਹੀਂ ਵਿਕਦਾ। ਨਾਲ ਪਤਾ ਕੀ ਕਿਹਾ, ਮੈਂ ਵੀ ਕਹਿੰਦਾ ਮਜ਼੍ਹਬੀ ਸਿੰਘ ਹਾਂ ਪਰ ਕਹਿੰਦਾ ਰੰਗਰੇਟੇ ਵਰਗਾ ਨਹੀਂ, ਇਹ ਗੱਲ ਕਹੀ ਉੱਥੇ। ਜਾਣੀ ਕਿ ਇੱਥੋਂ ਤੁਸੀਂ ਅੰਦਾਜ਼ਾ ਲਾ ਲਿਓ ਵੀ ਇਹ ਵੋਟਾਂ ਲੈਣ ਦੀ ਖਾਤਰ ਕੀ ਕੁਛ ਲੋਕ ਆਪਣੀ ਜਵਾਨ ਤੋਂ ਬਕਣਗੇ, ਇਹ ਸੱਚਾਈ ਹੈ। ਹਾਂ, ਹੁਣ ਜਿਹੜੀ ਗੱਲ ਕਹਿਣੀ ਹੈ, ਅਤੇ ਇਹ ਗੱਲ ਸੁਣ ਕੇ ਭੇਡਾਂ ਨੇ ਹੁਣ ਚੀਕਾਂ ਹੋਰ ਮਾਰਨੀਆਂ ਨੇ, ਉਹ ਕਿਹੜੀ ਹੈ, ਸਰਪੰਚ ਜਿਹੜਾ ਕੋਟ ਦੋਨੇ ਦਾ ਨਾ, ਜਿਹੜਾ ਕਹਿੰਦਾ ਸੀ ਇਹ ਨਹੀਂ ਦੱਬਦਾ, ਜੱਟ ਨਹੀਂ ਵਿਕਦਾ, ਮੈਂ ਮਜ਼੍ਹਬੀ ਸਿੰਘ ਹਾਂ, ਮੈਂ ਰੰਗਰੇਟਾ ਨਹੀਂ, ਉਹ ਵੀ ਸੁਣ ਲਏ ਧਿਆਨ ਨਾਲ, ਚੀਕਾਂ ਉਹਦੀਆਂ ਵੀ ਪੈਣਗੀਆਂ। ਪਹਿਲੀ ਗੱਲ ਤਾਂ ਭਾਨਾ ਸਿੱਧੂ ਬਾਹਰ ਨਹੀਂ ਆ ਸਕਦਾ ਜੇਲ੍ਹ ਤੋਂ, ਜਿਹੜਾ ਪੁਲਿਸ ਨੇ 10 ਦਿਨ ਦਾ ਟਾਈਮ ਲਿਆ ਨਾ, ਉਹਦੇ ਵਿੱਚ ਕੋਈ ਨਾ ਕੋਈ ਗੇਮ ਪੈਣ ਵਾਲੀ ਹੈ, ਕਿੱਦਾਂ ਉਲਝਾਉਣਾ, ਕਿੱਦਾਂ ਉਹਦੀ ਸਜ਼ਾ ਵਧਾਉਣੀ ਹੈ, ਇਹ ਹੋਣ ਵਾਲਾ ਹੈ। ਦੂਜੀ ਗੱਲ, ਜੇਲ੍ਹ ਦਾ ਸਫ਼ਰ ਕਰਾਉਣ ਵਾਲਾ ਭਾਨੇ ਸਿੱਧੂ ਨੂੰ ਲੱਖਾ ਸਧਾਉਣਾ ਹੈ। ਲੋਕੋ, ਜਿਹੜੀਆਂ ਭੇਡਾਂ ਭਾਨੇ ਦੀਆਂ ਨੇ ਅਤੇ ਲੱਖੇ ਦੀਆਂ ਨੇ, ਉਹ ਸੁਣ ਲਿਓ ਧਿਆਨ ਦੇ ਨਾਲ। ਮੈਨੂੰ ਪਤਾ ਇਹ ਗੱਲਾਂ ਹਾਜ਼ਮ ਹੋਣ ਵਾਲੀਆਂ ਨਹੀਂ, ਅੱਜ ਗਾਲਾਂ ਬਹੁਤ ਵੱਡੀਆਂ ਵੱਡੀਆਂ ਤੁਸੀਂ ਕੱਢਣੀਆਂ ਨੇ, ਚਲੋ ਕੋਈ ਗੱਲ ਨਹੀਂ, ਮੈਂ ਸੁਣਦਾ ਨਹੀਂ ਹੁੰਦਾ, ਮੈਂ ਤਾਂ ਵੀਡੀਓ ਪਾ ਕੇ ਬਸ ਪਾਸੇ ਹੋ ਜਾਈਦਾ ਵੀ ਜਿਹਨੇ ਮਰਨਾ, ਜਿਹਨੇ ਪਿੱਟਣਾ ਪਿੱਟੀ ਜਾਓ, ਸਾਨੂੰ ਕੋਈ ਮਤਲਬ ਨਹੀਂ। ਲੱਖਾ ਸਧਾਉਣਾ ਹੀ ਜੇਲ੍ਹ ਦਾ ਸਫ਼ਰ ਕਰਾਉਣ ਵਾਲਾ ਹੈ, ਜਿਹੜੇ ਏਜੰਟਾਂ ਨੂੰ ਹੱਲਾਸ਼ੇਰੀਆਂ ਦੇ ਕੇ ਕੰਟਰੋਵਰਸੀ ਕਰਕੇ ਪਰਚੇ ਪੁਰਚੇ ਪਵਾਉਣ ਦੀ ਗੇਮ ਬਣਾਈ ਸੀ, ਉਹ ਸਾਰੀ ਫਿੱਟ ਕੀਤੀ। ਚਲੋ, ਜੇ ਪੁਲਿਸ 'ਤੇ ਪ੍ਰੈਸ਼ਰ ਪੈ ਜਾਂਦਾ
ਉਹਨੂੰ ਰਿਹਾ ਕਰਦੇ ਨੇ 10 ਤਰੀਕ ਨੂੰ। ਪਹਿਲੀ ਗੱਲ ਤਾਂ ਇਹਨਾਂ ਦੇ ਚਮਚੇ ਆਪ ਹੀ ਕਹੀ ਜਾਂਦੇ ਨੇ, ਕਹਿੰਦੇ ਲੱਖਾ ਨਹੀਂ ਆ ਭਾਨਾ ਨਹੀਂ ਬਾਹਰ ਆਉਂਦਾ, ਭਾਨੇ ਨੂੰ ਸ਼ਾਇਦ ਹੀ ਛੱਡਣ। ਸਿਮਰਜੀਤ ਮਾਨ ਨੇ ਵੀ ਸਟੇਟਮੈਂਟ ਦਿੱਤੀ ਇਹ, ਉਹ ਕਹਿੰਦਾ ਮੈਨੂੰ ਲੱਗਦਾ ਲੱਖੇ ਨੇ ਕੰਮ ਖਰਾਬ ਕਰਤਾ। ਉਹਦੇ ਮੂੰਹ 'ਚੋਂ ਨਿਕਲਦਾ ਰਹਿ ਗਿਆ, ਸੱਚਾਈ ਨਾ ਨਿਕਲਦੀ ਰਹਿ ਗਈ। ਕਹਿੰਦਾ ਮੈਨੂੰ ਲੱਗਦਾ ਲੱਖੇ ਨੇ ਕੰਮ ਖਰਾਬ ਕਰਤਾ, ਇੱਦਾਂ ਉਹ ਨਿਕਲ ਗਿਆ ਸੀ ਮੂੰਹ 'ਚੋਂ, ਪਰ ਬਚਾ ਗਿਆ ਉਹ, ਅਤੇ ਮੈਂ ਜੱਜਮੈਂਟ ਲਾ ਲਈ ਸੀ। ਜਿਹੜੀ ਮੈਂ ਗੱਲ ਕਹਿਣੀ ਹੈ ਸੁਣ ਲਿਓ ਧਿਆਨ ਦੇ ਨਾਲ। ਭਾਨੇ ਸਿੱਧੂ ਨੂੰ ਪਹਿਲੀ ਗੱਲ ਤਾਂ ਬਾਹਰ ਜੇਲ੍ਹ ਤੋਂ ਕੱਢਣਾ ਨਹੀਂ, ਅਤੇ ਹੁਣ ਜਿਹੜਾ ਕੋਰਟ ਦਿੰਦਾ ਸਰਪੰਚ ਆ ਉਹ ਸੁਣ ਲਏ ਧਿਆਨ ਦੇ ਨਾਲ, ਜਿਹੜਾ ਕਹਿੰਦਾ ਸੀ ਜੱਟ ਨਹੀਂ ਵਿਕਦਾ ਉਹ ਸੁਣ ਲਏ ਧਿਆਨ ਦੇ ਨਾਲ। ਜਿਹੜੇ ਲੱਖੇ ਨੇ ਜੇਲ੍ਹ ਯਾਤਰਾ ਕਰਵਾਈ ਆ ਨਾ ਗੇਮ ਪਾ ਕੇ ਭਾਨੇ ਸਿੱਧੂ ਨੂੰ, ਜੇ ਭਾਨਾ ਸਿੱਧੂ ਬਾਹਰ ਆ ਵੀ ਗਿਆ ਤਾਂ ਚੇਤੇ ਰੱਖਿਓ ਲੱਖੇ ਵਰਗੇ ਉਹ ਗੁੰਡੇ ਨੇ ਉਹ ਗੈਂਗਸਟਰ ਨੇ ਜਿਨ੍ਹਾਂ ਨੇ ਕਤਲ ਕਰਾਏ ਨੇ ਅਤੇ ਕਤਲ ਕੀਤੇ ਵੀ ਨੇ, ਅਤੇ ਉਹਨਾਂ ਨੇ ਬਾਹਰ ਆਏ ਨੂੰ ਬਹੁਤਾ ਟਾਈਮ ਜੀਣ ਨਹੀਂ ਦੇਣਾ, ਕੋਈ ਨਾ ਕੋਈ ਕਾਰਾ ਕਰ ਹੀ ਦੇਣਾ। ਉਹਦਾ ਕਾਰਨ ਹੈ ਜਿਹੜੀ ਅੱਜ ਮੈਂ ਰਿਸਰਚ ਕੀਤੀ ਹੈ, ਭੇਡਾਂ ਨੂੰ ਨਹੀਂ ਸਮਝ ਆਉਣੀ। ਕਮੈਂਟ ਕਰਨ ਵਾਲੇ ਜਾਂ ਮੈਨੂੰ ਫੋਨ ਕਰਨ ਵਾਲੇ ਕਹਿਣਗੇ ਆਹ ਤੀਰਾਂ ਤੂਰਾਂ ਵਾਲੀ ਕਿਹੜੀ ਗੱਲ ਕੀਤੀ ਹੈ, ਸਾਡੇ ਤਾਂ ਸਮਝ 'ਚ ਆਈ ਨਹੀਂ ਕਿਹੜਾ ਤੀਰ ਮਾਰਿਆ ਭਗਵੰਤ ਮਾਨ ਨੇ, ਕਿੱਥੇ ਲੱਗ ਗਿਆ ਸਾਨੂੰ ਤਾਂ ਸਮਝ ਹੀ ਨਹੀਂ ਆਈ, ਉਹਨੇ ਤਾਂ ਹੁਣ ਵੀ ਨਹੀਂ ਸਮਝ 'ਚ ਆਉਣੀ। ਜਿਹੜੀ ਅੱਜ ਮੈਂ ਗੱਲਬਾਤ ਸੁਣੀ ਹੈ ਜਾਂ ਦੇਖੀ ਹੈ ਨਾ, ਉਹ ਪਤਾ ਕੀ ਹੈ, ਪਤਾ ਲੱਖੇ ਨੂੰ ਵੀ ਲੱਗ ਗਿਆ ਕਿ ਜੇ ਬਠਿੰਡੇ ਤੋਂ ਕੰਮ ਠੀਕ ਨਾ ਆਇਆ, ਜੇ ਬਠਿੰਡੇ ਤੋਂ ਕੰਮ ਸੂਤ ਨਾ ਆਇਆ, ਫਿਰ ਮਾਨ ਬੁੱਢੇ ਜਰਨੈਲ ਨੂੰ ਪਾਸੇ ਕਰਕੇ ਜਿਹੜੀ ਲੋਕਾਂ ਦੀ ਵਾਹ ਹੈ ਉਹ ਸ਼ਾਇਦ ਸੰਗਰੂਰ ਤੋਂ ਮੈਨੂੰ ਮਿਲ ਜੇ। ਇਹ ਲੱਖੇ ਦੀ ਅੰਦਰਲੀ ਜਿਹੜੀ ਪੋਲਿਸੀ ਜਿਹੜੀ ਨੀਤੀ ਹੈ ਉਹ ਇਹ ਚੱਲ ਰਹੀ ਹੈ। ਹੁਣ ਮੈਂ 4 ਜਰਨੈਲਾਂ ਦੀਆਂ ਭੇਡਾਂ ਨੂੰ ਬੇਨਤੀ ਕਰਨ ਲੱਗਾ। ਪਹਿਲੇ ਨੰਬਰ 'ਤੇ ਦੀਪ ਸਿੱਧੂ ਦੀਆਂ ਭੇਡਾਂ ਨੇ, ਹਾਲਾਂਕਿ ਉਹ ਬੰਦੇ ਕੋਲ ਥੋੜ੍ਹੇ ਬਹੁਤੇ ਤੱਥ ਹੈਗੇ ਸੀ, ਵਕੀਲ ਸੀ, ਗੱਲਬਾਤ ਕਰਦਾ ਸੀ, ਪਰ ਭੇਡਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ। ਦੂਜੇ ਨੰਬਰ 'ਤੇ ਅੰਮ੍ਰਿਤਪਾਲ ਦੀਆਂ ਭੇਡਾਂ ਵੀ ਹੈਗੀਆਂ ਨੇ, ਉਹ ਵੀ ਸਿਮਰਜੀਤ ਮਾਨ ਨੂੰ ਜਰਨੈਲ ਬੁੱਢਾ ਸ਼ੇਰ ਬੁੱਢਾ ਸ਼ੇਰ ਕਰਦੇ ਨੇ। ਤੀਜੇ ਨੰਬਰ 'ਤੇ ਲੱਖਾ ਆ ਜਾਂਦਾ। ਚੌਥੇ ਨੰਬਰ 'ਤੇ ਸਿਮਰਜੀਤ ਮਾਨ ਦੀਆਂ ਖੁਦ ਭੇਡਾਂ ਨੇ, ਅਤੇ ਪੰਜਵੇਂ ਨੰਬਰ 'ਤੇ ਜਿਹੜੀਆਂ ਭੇਡਾਂ ਬਣੀਆਂ ਨੇ ਨਾ ਉਹ ਬਣੀਆਂ ਨੇ ਭਾਨੇ ਸਿੱਧੂ ਦੀਆਂ। ਹੁਣ ਇਹ ਜਿਹੜੀਆਂ ਮੈਂ ਗੱਲਾਂ ਬਾਤਾਂ ਕੀਤੀਆਂ ਨੇ ਨਾ ਇਹ ਪਹਿਲਾਂ ਸੁਣ ਲਿਓ, ਬਾਅਦ ਵਿੱਚ ਮਾਰਿਓ ਚੀਕਾਂ ਚੰਗੀ ਤਰ੍ਹਾਂ ਵੀ ਹੋ ਕੀ ਗਿਆ ਇੱਥੇ, ਜੇ ਬਣ ਕੀ ਰਿਹਾ ਬਾਅਦ ਵਿੱਚ ਚੀਕਾਂ ਮਾਰ ਲਿਓ। ਜਿੰਨੀ ਕੁ ਮੈਂ ਗੱਲਬਾਤ ਕੀਤੀ ਹੈ ਨਾ ਅਤੇ ਇਹਦੇ ਵਿੱਚੋਂ ਰੰਚਕ ਭਰ ਵੀ ਕੋਈ ਬੰਦਾ ਝੂਠੀ ਕਰ ਦੇ ਮੇਰੀ ਕਹੀ ਹੋਈ ਗੱਲਬਾਤ, ਅਤੇ ਫਿਰ ਮੈਨੂੰ ਫੋਨ ਵੀ ਕਰ ਸਕਦੇ ਹੋ ਅਤੇ ਮੈਸੇਜ ਵੀ ਕਰ ਸਕਦੇ ਹੋ ਜਿਹੜੀ ਮੈਂ ਗੱਲਬਾਤ ਅੱਜ ਕੀਤੀ ਹੈ। ਹੁਣ ਦੇਖੋ ਜਦੋਂ ਅਸੀਂ ਕਹਿੰਦੇ ਹਾਂ ਕਿ ਲੱਖਾ ਸਿਧਾਣਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ, ਭਾਨਾ ਸਿੱਧੂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ, ਸਿਮਰਜੀਤ ਮਾਨ ਕੌਮ ਦਾ ਜਰਨੈਲ ਹੈ ਔਰ ਦੀਪ ਸਿੱਧੂ ਵੀ ਖਾਲਿਸਤਾਨ ਜਾਂ ਆਜ਼ਾਦੀ ਚਾਹੁੰਦਾ ਸੀ,
ਫਿਰ ਹੁਣ ਕਈ ਭੇਟਾਂ ਕਹਿੰਦੀਆਂ ਅੰਮ੍ਰਿਤਪਾਲ ਨੂੰ ਵੀ ਰਿਹਾਅ ਕਰਾਓ, ਜਿਵੇਂ ਭਾਨੇ ਸਿੱਧੂ ਦੇ ਹੱਕ ਵਿੱਚ ਇਕੱਠ ਕੀਤਾ, ਇੱਦਾਂ ਅੰਮ੍ਰਿਤਪਾਲ ਨੂੰ ਵੀ ਰਿਹਾਓ ਕਰਾਓ। ਤੁਹਾਡੇ ਜਿਹੜੇ ਪਤੰਦਰ ਬੈਠੇ ਨੇ ਨਾ ਦਿੱਲੀ ਦੇ ਵਿੱਚ ਵੱਡੇ ਸਿਰਾਂ ਵਾਲੇ, ਉਹਨਾਂ ਨੇ ਜੁਆਪਾ ਲਾ ਤਾ। ਜੁਆਪਾ ਉਹ ਧਾਰ ਹੈ ਜਿਹੜੀ ਛੇਤੀ ਨਾਲ ਕਿਤੇ ਨਾ ਕਿਤੇ ਟੁੱਟਦੀ ਨਹੀਂ ਹੁੰਦੀ, ਅਤੇ ਜਾਣੀ ਕਿ ਉਹਨੂੰ ਪੱਕੇ ਤੌਰ 'ਤੇ ਠੋਕ ਤਾ ਕਿ ਹੁਣ ਪੁੱਤ ਮੇਰਿਆ ਬੀਬਾ ਬਣ ਕੇ ਜੇਲ੍ਹ ਵਿੱਚ ਬਹਿ ਕੇ ਜਿਹੜੀਆਂ ਵੱਡੀਆਂ ਰੋਟੀਆਂ ਨੇ, ਮੂੰਗੀ ਦੀ ਪੰਥਕ ਦਾਲ ਹੁੰਦੀ ਹੈ ਅਤੇ ਫੁੱਲ ਵੜੀਆਂ ਜਿਹਦੇ ਵਿੱਚ ਛੋਟੀਆਂ ਛੋਟੀਆਂ ਸੁੰਡੀਆਂ ਚੱਲਦੀਆਂ ਹੁੰਦੀਆਂ ਨੇ, ਅਤੇ ਉਹ ਦਾਲ ਖਾਣ ਦੀ ਆਦਤ ਪਾ ਲਓ ਹੁਣ। ਇਹ ਅਗਲੇ ਨੇ ਕਹਿ ਤਾ, ਚਲੋ ਕੋਈ ਗੱਲ ਨਹੀਂ, ਉਹ ਦੂਜੀਆਂ ਗੱਲਾਂ ਦੂਜੇ ਪਾਸੇ ਰਹਿਣ ਦਿਓ। ਪਰ ਜਿਹੜੀ ਅੱਜ ਮੈਂ ਭੇਡਾਂ ਨੂੰ ਇਹ ਨਸੀਹਤ ਦਿੱਤੀ ਹੈ, ਇਹ ਹੁਣ ਤੁਸੀਂ ਗੇਮ ਆਪੇ ਸਮਝ ਲਿਓ ਵੀ ਲੱਖਾ ਕੀ ਚਾਹੁੰਦਾ, ਸਿਮਰਿਤ ਮਾਨ ਕੀ ਚਾਹੁੰਦਾ, ਖੈਰੇ ਵਰਗੇ ਪਿੱਛੇ ਕਿਉਂ ਹਟ ਗਏ, ਕਿਉਂ ਬਹਾਨੇ ਲਾਉਣੇ ਪਏ ਕਿ ਭੋਗਤੇ ਜਾਣਾ ਸੀ, ਅਤੇ ਆ ਜਿਹੜੇ ਰਫਤਾਰ ਵਰਗੇ ਸੀ ਕਿਉਂ ਥਾਣਿਆਂ ਵਿੱਚ ਬਹਿ ਗਏ, ਸੁਖ ਜਗਰਾਓ ਵਰਗੇ ਕਿਉਂ ਨਹੀਂ ਬਾਹਰ ਨਿਕਲੇ, ਰੰਧਾਵੇ ਅਤੇ ਆ ਰਾਜ ਖਾਲਸੇ ਵਰਗੇ ਕਿਉਂ ਚੀਕਾਂ ਮਾਰਦੇ ਸੀ, ਲੱਖਾ ਗਿਆ ਫਲਾਨਾ ਫੜ ਲਿਆ, ਧਿਣਕਾ ਗਿਆ ਫਲਾਨਾ ਫੜ ਲਿਆ। ਇਹ ਸਾਰੀ ਗੇਮ ਉਹਨੂੰ ਆਪੇ ਸਮਝ ਲਿਓ। ਅਤੇ ਨਾਲੇ ਜਿਹੜਾ ਕੋਟ ਦੋਨੇ ਵਾਲਾ ਸਰਪੰਚ ਕਹਿੰਦਾ ਸੀ ਜੱਟ ਨਹੀਂ ਵਿਕਦਾ, ਅਤੇ ਉਹਨੂੰ ਵੀ ਥੋੜ੍ਹਾ ਜਿਹਾ ਨਸੀਹਤ ਹੈ ਕਿ ਹੁਣ ਬਚਾ ਕੇ ਰੱਖਿਓ। ਮੈਂ ਤੁਹਾਨੂੰ ਚੈਲੰਜ ਕਰ ਦਿੱਤਾ ਪਹਿਲਾਂ, ਬਚਾ ਕੇ ਰੱਖਿਓ, ਪਹਿਲਾਂ ਤਾਂ ਜੇਲ੍ਹ 'ਚੋਂ ਬਾਹਰ ਨਹੀਂ ਆਉਂਦਾ, ਜੇ ਆ ਗਿਆ ਤਾਂ ਲੱਖੇ ਵਰਗੇ ਕਿੱਦਾਂ ਭਾਨੇ ਨੂੰ ਟਿਕਾਣੇ ਲਾਉਣਗੇ। ਇਹ ਪਹਿਲੀ ਤੁਹਾਨੂੰ ਸੰਚੇਤ ਕਰਤਾ, ਚੇਤੇ ਰੱਖ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।